ਨਗਰ ਕੌਂਸਲ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਸਫਾਈ ਸੇਵਕ ਯੂਨੀਅਨ ਗਿੱਦੜਵਾਹਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗਿੱਦੜਵਾਹਾ ਦੇ ਘੰਟਾ ਘਰ ਚੌਂਕ ਤੇ ਘੜਾ ਤੋੜ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਮੁਰਦਾਬਾਦ ਦੇ ਨਾਰੇ ਲਗਾਏ ਗਏ। ਮੈਂ ਰਜੇਸ਼ ਕੁਮਾਰ, ਸਫਾਈ ਕਰਮਚਾਰੀ ਯੂਨੀਅਨ ਪ੍ਰਧਾਨ। ਸਾਨੂੰ 3 ਮਹੀਨਿਆਂ ਤੋਂ ਸਰਕਾਰ ਨੇ ਤਨਖਾਹਾਂ ਨਹੀਂ ਦਿੱਤੀਆਂ। ਇੱਕ ਸਾਡੀ ਮੰਗ ਹੈ ਵੀ ਸਾਡੀ ਜਿਹੜੀ ਪੈਨਸ਼ਨ ਹੈ ਇਹ 1990 'ਚ ਅਸੀਂ ਹੜਤਾਲ ਕਰਕੇ ਮਨਜ਼ੂਰ ਕਰਾਈ ਸੀ ਸਰਕਾਰ ਤੋਂ, ਅਤੇ ਮੁੜ ਕੇ ਇਹਨਾਂ ਨੇ ਸਾਡੇ ਤੋਂ ਆਪਸ਼ਨ ਲਈ। ਅਤੇ ਸਾਡੇ ਬੰਦੇ ਅਨਪੜ੍ਹ ਸੀਗੇ ਜਿਨ੍ਹਾਂ ਨੇ ਮਤਲਬ ਇਹ ਗੱਲ ਕਹਿ ਕਿ ਵੀ ਤੁਹਾਡੀ ਪੈਨਸ਼ਨ ਜੇ ਤੁਸੀਂ ਲਓਗੇ ਤੁਹਾਡਾ PF ਨਹੀਂ ਨਿਕਲਣਾ, ਤੁਹਾਡਾ ਮਤਲਬ ਬਕਾਇਆ ਨਹੀਂ ਮਿਲਣਾ, ਤੁਹਾਡਾ ਐਂ ਨਹੀਂ ਹੋਣਾ। ਅਤੇ ਇਹਨਾਂ ਨੇ ਸਾਡੀ ਪੈਨਸ਼ਨ ਬੰਦ ਕਰਤੀ, ਕਲਰਕਾਂ ਦੀ, ਸੇਵਾਦਾਰਾਂ ਦੀ, ਅਫਸਰਾਂ ਦੀ, ਸਾਰਿਆਂ ਦੀ ਪੈਨਸ਼ਨ ਲਾਤੀ, ਅਤੇ ਸਾਡੀ ਸਫਾਈ ਕਰਮਚਾਰੀਆਂ ਦੀ ਪੈਨਸ਼ਨ ਇਹਨਾਂ ਨੇ ਬੰਦ ਕਰਤੀ। ਸਾਡੀ ਸਰਕਾਰ ਤੋਂ ਮੰਗ ਹੈ ਵੀ ਸਾਡੀ ਪੈਨਸ਼ਨ ਲਾਈ ਜਾਵੇ, ਅਤੇ ਤਾਂ ਜੋ ਇਹ ਵਿਚਾਰੇ ਸਫਾਈ ਕਰਦੇ ਆ, ਮਤਲਬ ਇਹ ਸਾਰਾ ਦਿਨ ਕੂੜੇ 'ਚ ਰਹਿੰਦੇ ਆ, ਇਹਨਾਂ ਨੂੰ ਬਿਮਾਰੀਆਂ ਲੱਗਦੀ ਹੈ, ਇਹ ਮਤਲਬ ਪੂਰੀ 60 ਸਾਲ ਦੀ ਸਰਵਿਸ ਪੂਰੀ ਨਹੀਂ ਕਰ ਪਾਉਂਦੇ। ਇਹ ਮੇਰੇ ਖਿਆਲ 55 ਸਾਲ ਦੀ ਉਮਰ 'ਚ ਇਹਨਾਂ ਦੀ ਡੈਥ ਹੋ ਜਾਂਦੀ ਹੈ। ਮੇਰੇ ਕੋਲ 35 ਸਫਾਈ ਕਰਮਚਾਰੀ ਇਹੋ ਜਿਹੇ ਲੱਗੇ ਆ ਜਿਹੜੇ ਤਰਸੇਦਾਰ ਦੀ ਨੌਕਰੀ ਲੱਗੇ ਆ। For all updated news, please subscribe Eva News and ring the bell.